ਹੈਲੋ ਗਾਈਸ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਆ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਦੇ ਵਿੱਚ, ਪੇਂਟਿੰਗ ਵਲੌਗ ਦੇ ਵਿੱਚ। ਵੈਲਕਮ ਆ ਨਵੀਂ ਵੀਡੀਓ ਦੇ ਨਾਲ। ਅੱਜ ਅਸੀਂ ਬਿਲਕੁਲ ਲੇਟੈਸਟ ਫੈਂਸੀ ਫਲਾਵਰ ਤਿਆਰ ਕਰਨ ਜਾ ਰਹੇ ਹਾਂ, ਜਿਹਦਾ ਕਿ ਬਹੁਤ ਸੋਹਣੀ ਸ਼ੇਡ ਦੇ ਨਾਲ ਤਿਆਰ ਹੋਊਗਾ। ਅਤੇ ਇਹ ਵੈਸੇ ਵੀ ਕਲਰ ਫਲਾਵਰ ਹੈ ਜਿਹੜਾ ਬਹੁਤ ਸੋਹਣੀ ਸ਼ੇਡ ਦੇ ਵਿੱਚ ਹੁੰਦਾ ਹੈ, ਅਤੇ ਆਪਾਂ ਵੀ ਇਹਨੂੰ ਉਸੇ ਸ਼ੇਡ ਦੇ ਵਿੱਚ ਤਿਆਰ ਕਰਨ ਜਾ ਰਹੇ ਹਾਂ। ਅਤੇ ਬਣੇ ਰਹੋ ਸਾਡੇ ਚੈਨਲ ਦੇ ਉੱਪਰ, ਵੀਡੀਓ ਨੂੰ ਪੂਰਾ ਦੇਖਿਓ ਜੇ, ਅਤੇ ਚੈਨਲ ਨੂੰ ਨਾਲ ਹੀ ਸਬਸਕ੍ਰਾਈਬ ਕਰ ਲਿਓ, ਬੈੱਲ ਆਈਕਨ ਨੱਪ ਲਿਓ ਤਾਂ ਜੋ ਵੀਡੀਓ ਦਾ ਨਵੀਆਂ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਿਆ ਕਰੇ। ਅਤੇ ਵੀਡੀਓ ਨੂੰ ਸਕਿੱਪ ਨਾ ਕਰਿਓ, ਕਿਉਂਕਿ ਪੂਰੀ ਵੀਡੀਓ ਦੇਖਿਓ। ਸਾਡੀ ਪੂਰੀ ਵੀਡੀਓ ਦੇਖਣ ਵਾਲੀ ਹੁੰਦੀ ਆ, ਚਾਹੇ ਹਾਸਿਆਂ ਵਾਲੀ ਨਹੀਂ ਚਾਹੇ ਕੁਛ ਨਹੀਂ, ਪਰ ਅਸੀਂ ਕੁਛ ਤੁਹਾਨੂੰ ਸਿਖਾਉਂਦੇ ਹਾਂ, ਕੁਛ ਅਸੀਂ ਆਪਦਾ ਹੁਨਰ ਵੀ ਯੂਜ਼ ਕਰਦੇ ਹਾਂ, ਅਤੇ ਕੁਛ ਤੁਹਾਨੂੰ ਹੁਨਰ ਦੇ ਵੀ ਰਹੇ ਹਾਂ ਕਿ ਤੁਸੀਂ ਵੀ ਸਿੱਖ ਸਕੋ। ਪਰ ਤੁਸੀਂ ਆਪਾਂ ਚਾਹੇ ਤੁਸੀਂ ਲੋਕ ਪਰਿਵਾਰ ਹੋ ਸਾਡਾ, ਅਸੀਂ ਆਪਦੇ ਪਰਿਵਾਰ ਨੂੰ ਚਾਹੇ ਗੁੱਸੇ ਵੀ ਹੋ ਸਕਦੇ, ਕੁਛ ਵੀ ਕਹਿ ਸਕਦੇ ਹਾਂ, ਤੁਸੀਂ ਉਹ ਲੋਕ ਹੋ ਜਿਹੜੇ ਕਿ ਇੱਕ ਨਿੱਕੀ ਜਿਹੀ ਚੀਜ਼ ਜਿਹੜੀ ਕਿ ਕਿਸੇ ਜਿਹਦਾ ਕੋਈ ਟੌਪਿਕ ਨਹੀਂ ਹੁੰਦਾ, ਤੁਸੀਂ ਉਸ ਚੀਜ਼ ਨੂੰ ਪਸੰਦ ਕਰਦੇ ਹੋ, ਉਸ ਚੀਜ਼ ਨੂੰ ਉੱਪਰ ਚੁੱਕਦੇ ਹੋ, ਜਿਹਦੇ ਕੋਈ ਟੌਪਿਕ ਹੁੰਦੇ ਆ ਉਸ ਚੀਜ਼ ਨੂੰ ਥੱਲੜੇ ਲੈਵਲ 'ਤੇ ਹੀ ਅਜੇ ਰਹਿਣ ਦਿੰਦੇ, ਉਹਨੂੰ ਬਹੁਤ ਲੇਟ ਜਾ ਕੇ ਸਪੋਰਟ ਕਰਦੇ ਹੋ। ਇੱਕ ਚਲੋ ਉਹ ਭੈਣ ਦੀ ਆਪਣੀ ਜ਼ਿੰਦਗੀ ਆ ਅਤੇ ਉਹਦੇ ਆਪਦੇ ਕਰਮ ਆ, ਤੁਸੀਂ ਉਹਨੂੰ ਵੀ ਉੱਪਰ ਚੱਕਿਆ, ਜਿਹੜੀ ਉਹ ਹੈਲੋ ਵੀ ਗਾਈਜ਼ ਵੀ ਦੇ ਆ ਜੋ ਚੌਲ ਖਾ ਲਓ, ਆ ਜੋ ਆਹ ਕਰ ਲਓ। ਇੱਕ ਭੈਣ ਆ ਉਹ ਕਹਿੰਦੀ ਅੱਜ ਮੈਂ ਆਹ ਬਣਾਇਆ, ਮੈਂ ਖਾਣ ਲੱਗੀ ਹਾਂ, ਆ ਜੋ ਭਰਾਵੋ ਖਾ ਲਓ, ਉਹਨੂੰ ਵੀ ਤੁਸੀਂ ਉੱਪਰ ਚੱਕਿਆ। ਉਹਦਾ ਕੋਈ ਤੁੱਕ ਨਹੀਂ ਨਿਕਲਦਾ, ਕੋਈ ਤੁਹਾਨੂੰ ਸਿਖਾਇਆ ਨਹੀਂ, ਕੋਈ ਕੁਛ ਨਹੀਂ, ਪ੍ਰਮੋਸ਼ਨਾਂ ਕੀਤੀਆਂ ਜਾਂਦੀਆਂ, ਸਭ ਕੁਛ ਕੀਤੀਆਂ, ਅਸੀਂ ਕੁਛ ਨਹੀਂ ਕਰਦੇ, ਅਸੀਂ ਸਿਰਫ ਸਿੰਪਲ ਤੁਹਾਨੂੰ ਕਲਾਸ ਲਗਾ ਕੇ ਤੁਹਾਨੂੰ ਚੀਜ਼ਾਂ ਦਿਖਾਉਂਦੇ ਹਾਂ। ਕਿਸੇ ਨੂੰ ਅਸੀਂ ਮਾੜਾ ਨਹੀਂ ਬੋਲਦੇ ਕਿ ਕਿਉਂ ਉਹ ਅੱਗੇ ਆਇਆ, ਉਹ ਉਹਦੇ ਕਰਮਾਂ ਦੀ ਖੇਡ ਆ ਤਾਂ ਅੱਗੇ ਆਇਆ, ਉਹਦੇ ਕਰਮਾਂ ਦੇ ਵਿੱਚ ਇਹ ਚੀਜ਼ ਲਿਖੀ ਸੀ ਤਾਂ ਉਹਦੀ ਚੜ੍ਹਾਈ ਹੋਈ ਆ। ਪਰ ਅਸੀਂ ਇਹ ਕਹਿ ਰਹੇ ਹਾਂ ਕਿ ਜਿਹੜੀ ਬਿਲਕੁਲ ਜਿੰਦਾ ਕੋਈ ਟੌਪਿਕ ਨਹੀਂ ਹੁੰਦਾ, ਤੁਸੀਂ ਉਹਨੂੰ ਉੱਪਰ ਚੜ੍ਹਾ ਦਿੰਦੇ ਹੋ, ਜਿਹਦੇ ਟੌਪਿਕ ਹੁੰਦੇ ਆ ਉਹਨੂੰ ਵਿਚਾਰੇ ਨੂੰ ਥੱਲੇ ਹੀ ਸੁੱਟਿਆ ਰਹਿਣ ਦਿੰਦੇ ਹੋ, ਪਰ ਉਹਨੂੰ ਵੀ ਸਪੋਰਟ ਕਰਿਆ ਕਰੋ, ਸਾਨੂੰ ਵੀ ਸਪੋਰਟ ਦਿਆ ਕਰੋ, ਤਾਂ ਜੋ ਇਹ ਚੀਜ਼ਾਂ ਅਸੀਂ ਤੁਹਾਡੇ ਸਾਹਮਣੇ ਹੋਰ ਲੈ ਕੇ ਆ ਸਕੀਏ, ਦੁਨੀਆ ਸਾਹਮਣੇ ਇਹ ਚੀਜ਼ਾਂ ਹੋਰ ਲਿਆ ਸਕੀਏ। ਅਸੀਂ ਕੋਈ ਮਾੜੀਆਂ ਚੀਜ਼ਾਂ ਨਹੀਂ ਤੁਹਾਡੇ ਬੱਚਿਆਂ ਨੂੰ ਸਿਖਾ ਰਹੇ, ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਸਿਖਾ ਰਹੇ, ਪੇਂਟਿੰਗਾਂ ਸਿਖਾਉਂਦੇ ਹਾਂ, ਨਾਂ ਲਿਖਣੇ ਪੇਂਟਿੰਗਾਂ ਦੇ ਸਿਖਾਉਣੇ ਪਏ ਆ। ਆਹ ਦੇਖੋ ਕੀੜਾ ਵੀ ਸਿੱਖਦਾ ਪਿਆ, ਵਿੱਚ ਆ ਗਿਆ ਕੀੜਾ ਵੀ ਸਿੱਖਣ, ਅਤੇ ਇੱਕ ਕੀੜਾ ਸਿੱਖਦਾ ਪਿਆ ਅਤੇ ਆਪਾਂ ਲੋਕ ਕਿਉਂ ਨਹੀਂ ਸਿੱਖਦੇ ਪਏ। ਅਤੇ ਬਾਕੀ ਉਹ ਤੁਹਾਡੀ ਆਪਣੀ ਮਰਜ਼ੀ ਆ ਕਿ ਤੁਸੀਂ ਕਿਵੇਂ ਸਪੋਰਟ ਕਰਨੀ ਆ, ਤੁਸੀਂ ਪਰਿਵਾਰ ਹੋ, ਕਿਉਂਕਿ ਹਮੇਸ਼ਾ ਜਿਹੜਾ ਬੰਦੇ ਨੂੰ ਸਟੈਂਡ ਕਰਦਾ, ਸਪੋਰਟ ਕਰਦਾ, ਜਾਂ ਬੰਦੇ ਨੂੰ ਦੇਖਦਾ ਡੇਲੀ ਯੂਟਿਊਬ 'ਤੇ, ਸੋਸ਼ਲ ਮੀਡੀਆ 'ਤੇ, ਇੰਸਟਾਗ੍ਰਾਮ 'ਤੇ, ਉਹ ਬੰਦੇ ਨਾਲ ਜ਼ਿਆਦਾ ਉਹੀ ਜੁੜਿਆ ਹੁੰਦਾ, ਕਿਉਂਕਿ ਉਹੀ ਲੋਕ ਡੇਲੀ ਉਹਨੂੰ ਨਵੀਆਂ ਨਵੀਆਂ ਉਹਦੀਆਂ ਚੀਜ਼ਾਂ ਦੇਖਦੇ ਨੇ, ਡੇਲੀ ਉਹਦੇ ਵਲੌਗ ਦੇਖਦੇ ਨੇ, ਉਹੀ ਉਹਦਾ ਪਰਿਵਾਰ ਬਣ ਜਾਂਦਾ ਬਾਅਦ ਦੇ ਵਿੱਚ, ਕਿਉਂਕਿ ਉਹਨਾਂ ਨਾਲ ਹੀ ਗੱਲਾਂ ਸਾਰੀਆਂ ਸਾਂਝੀਆਂ ਕਰਨੀਆਂ ਹੁੰਦੀਆਂ, ਚਾਹੇ ਆਪਾਂ ਵੀਡੀਓ ਬਣਾ ਕੇ ਕਰਦੇ ਹਾਂ, ਉਸ ਤੋਂ ਬਾਅਦ ਜਿਹੜਾ ਵਲੌਗ ਦੇਖਣ ਵਾਲਾ ਉਹ ਆਪਾਂ ਨੂੰ ਕਮੈਂਟਾਂ ਦੇ ਵਿੱਚ ਵੀਡੀਓ ਸਾਂਝੀਆਂ ਕਰਦਾ ਹੈ। ਅਤੇ ਉਹ ਚੀਜ਼ਾਂ ਤੁਸੀਂ ਕਮੈਂਟਾਂ ਦੇ ਨਾਲ ਗੱਲਾਂ ਕਰ ਲੈਂਦੇ ਹੋ, ਅਸੀਂ ਤੁਹਾਨੂੰ ਵੀਡੀਓ ਬਣਾ ਕੇ, ਵਲੌਗ ਬਣਾ ਕੇ ਤੁਹਾਡੇ ਤੱਕ ਗੱਲਾਂ ਪਹੁੰਚਾ ਦਿੰਦੇ ਹਾਂ ਆਪਣੀਆਂ। ਪਰ ਪਲੀਜ਼ ਹੱਥ 'ਚ ਬੰਨ ਕੇ ਬੇਨਤੀ ਤੁਹਾਡੇ ਅੱਗੇ, ਸਾਨੂੰ ਸਪੋਰਟ ਜ਼ਰੂਰ ਕਰੋ, ਅਸੀਂ ਕੋਈ ਮਾੜੀ ਚੀਜ਼ ਨਹੀਂ ਦੁਨੀਆ 'ਤੇ ਤੁਹਾਨੂੰ ਦਿਖਾ ਰਹੇ,
ਤੁਹਾਨੂੰ ਬਹੁਤ ਸੋਹਣੀ ਚੀਜ਼ ਸਿਖਾਉਣੇ ਪਏ ਹਾਂ ਤਾਂ ਜੋ ਤੁਸੀਂ ਵੀ ਅੱਗੇ ਜਾ ਕੇ ਇਹਨਾਂ ਚੀਜ਼ਾਂ ਨੂੰ ਬਣਾ ਸਕੋ, ਕਿਉਂਕਿ ਇਹ ਕਾਫੀ ਟੈਲੈਂਟ ਚੀਜ਼ਾਂ ਨੇ ਜਿਹੜੀਆਂ ਕਿ ਤੁਸੀਂ ਇਹ ਹਰੇਕ ਦੇ ਅੱਗੇ ਪੇਸ਼ ਕਰ ਸਕਦੇ ਹੋ, ਦਿਖਾ ਸਕਦੇ ਹੋ। ਇਹਨਾਂ ਦਾ ਮੁੱਲ ਵੀ ਪੈਂਦਾ ਹੈ, ਤੁਸੀਂ ਇਹ ਪੇਂਟਿੰਗਾਂ ਵੀ ਸਿੱਖ ਸਕਦੇ ਹੋ, ਇਹ ਪੇਂਟਿੰਗਾਂ ਸਿੱਖ ਕੇ ਤੁਸੀਂ ਕਿਸੇ ਦੀ ਪੇਂਟਿੰਗ ਬਣਾਉਣੀ ਵੀ ਸਿੱਖ ਸਕਦੇ ਹੋ। ਅਸੀਂ ਉਹ ਤਾਂ ਨਹੀਂ ਬਣਾਉਂਦੇ, ਉਹਨੂੰ ਕਾਫੀ ਟਾਈਮ ਲੱਗਦਾ ਹੈ, ਪਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਤੁਹਾਨੂੰ ਡੇਲੀ ਇੱਕ ਵੀਡੀਓ ਪੇਂਟਿੰਗ ਦੀ ਦਿਆ ਕਰੀਏ ਤਾਂ ਜੋ ਤੁਸੀਂ ਉਹਨੂੰ ਜਲਦੀ ਸਿੱਖ ਸਕੋ। ਪਰ ਤੁਸੀਂ ਇਹ ਸਿੱਖ ਕੇ ਉਸ ਤੋਂ ਬਾਅਦ ਕਿਸੇ ਦੇ ਫੇਸ ਦੀ ਵੀ ਡਰਾਅ ਕਰਨਾ ਸਿੱਖ ਸਕਦੇ ਹੋ, ਕਿਸੇ ਦੀ ਪਿਕਚਰ ਬਣਾਉਣਾ ਸਿੱਖ ਸਕਦੇ ਹੋ, ਅਤੇ ਉਹ ਕਾਫੀ ਚੀਜ਼ਾਂ ਯੂਜ਼ੇਬਲ ਨੇ, ਉਹ ਸੇਲ ਵੀ ਹੁੰਦੀਆਂ ਨੇ, ਚਾਹੇ ਉਹਨਾਂ ਨੂੰ ਓਲੈਕਸ ਦੇ ਕੋਈ ਵੀ ਟੈਲੈਂਟ ਹੀਰੋ ਦੀ ਬਣਾ ਲਓ, ਕਿਸੇ ਦੀ ਵੀ ਸਿੱਧੂ ਬਾਈ ਦੀ ਬਣਾ ਲਓ, ਉਹ ਤੁਹਾਡੀ ਵੀ ਸੇਲ ਹੋਊਗੀ ਪੈਸਿਆਂ ਦੇ ਵਿੱਚ। ਅਤੇ ਬਾਕੀ ਇਹ ਆ ਕਿ ਆਹ ਚੀਜ਼ਾਂ ਤੁਸੀਂ ਸੂਟ ਦੇ ਉੱਪਰ ਬਣਾ ਕੇ ਸੇਲ ਕਰ ਸਕਦੇ ਹੋ, ਬਹੁਤ ਸੋਹਣੀਆਂ ਚੀਜ਼ਾਂ ਨੇ ਇਹ ਦੇਖਣ ਦੇ ਵਿੱਚ ਵੀ, ਬਣਾਉਣ ਦੇ ਵਿੱਚ ਵੀ, ਅਤੇ ਕਿਸੇ ਪਾਸਿਓਂ ਵੀ ਲਾਓ ਇਹ ਇਨਕਮ ਦਾ ਫੋਰਸ ਬਣਦੀਆਂ ਹੀ ਬਣਦੀਆਂ ਨੇ, ਇਨਕਮ ਦਾ ਸਰੋਤ ਬਣਨਾ ਇਹਨਾਂ ਨੇ ਅੱਗੇ ਜਾ ਕੇ। ਅਤੇ ਚਾਹੇ ਇਨਕਮ ਦਾ ਸਰੋਤ ਵੀ ਤੁਸੀਂ ਲਾ ਲਓ, ਅਤੇ ਬੱਚਿਆਂ ਦੇ ਸਕੂਲਾਂ ਦੇ ਵਿੱਚ ਵੀ ਇਹ ਚੀਜ਼ਾਂ ਹੁੰਦੀਆਂ ਨੇ, ਬੱਚਿਆਂ ਨੂੰ ਵੀ ਸਿਖਾ ਸਕਦੇ ਹੋ ਵੀਡੀਓ ਦਿਖਾ ਕੇ, ਕਿਉਂਕਿ ਆਪਾਂ ਕੋਈ ਉਹੋ ਜਿਹੀਆਂ ਅਸ਼ਲੀਲ ਜਾਂ ਕੋਈ ਵੀਡੀਓ ਦੂਜੀਆਂ ਤਾਂ ਪਾਉਣ ਨਹੀਂ ਦੇ ਗਾਲਾਂ ਵਾਲੀਆਂ, ਅਤੇ ਬਾਕੀ ਆਪਾਂ ਵਧੀਆ ਹੀ ਵੀਡੀਓ ਪਾਉਣ ਦਾ ਪੇਂਟਿੰਗ ਵਾਲੀਆਂ, ਤਾਂ ਆਪਣੇ ਬੱਚਿਆਂ ਨੂੰ ਵੀ ਦਿਖਾਇਆ ਕਰੋ, ਆਪ ਵੀ ਦੇਖਿਆ ਕਰੋ, ਜਿਹੜਾ ਸਿੱਖਣਾ ਚਾਹੁੰਦਾ ਹੈ ਉਹ ਸਿੱਖਿਆ ਵੀ ਕਰੋ, ਸਾਨੂੰ ਕਮੈਂਟ ਵੀ ਕਰ ਸਕਦੇ ਜੀ। ਜੇਕਰ ਤੁਸੀਂ ਚਾਹੋਗੇ ਡਰਾਅ ਵਾਲੀਆਂ ਵੀਡੀਓ ਵੀ ਨਾਲ ਅਟੈਚ ਕਰਨੀ, ਉਹ ਵੀ ਅਸੀਂ ਕਰ ਦਿਆ ਕਰਾਂਗੇ ਨਾਲ ਨਾਲ। ਬਾਕੀ ਸਪੋਰਟ ਕਰਨੀ ਸ਼ੁਰੂ ਕਰੋ, ਅਤੇ ਨਾਲੇ 1000 ਸਬਸਕ੍ਰਾਈਬਰ ਕਰਾਓ ਤਾਂ ਜੋ ਆਪਾਂ ਉਹਨੂੰ ਵੀ ਸੈਲੀਬ੍ਰੇਟ ਕਰੀਏ, ਕਿ ਗਰੀਬ ਬੱਚਿਆਂ ਦੇ ਨਾਲ ਜਾ ਕੇ ਸੈਲੀਬ੍ਰੇਟ ਸ਼ੁਰੂ ਕਰੀਏ ਆਪਾਂ ਸੈਲੀਬ੍ਰੇਟ। ਪਰ ਆਪਾਂ ਇਹੀ ਚਾਹੁੰਦੇ ਹਾਂ ਕਿ ਜਿਵੇਂ ਜਿਵੇਂ ਆਪਣੇ ਸਬਸਕ੍ਰਾਈਬਰ ਵੱਧਦੇ ਰਹਿਣਗੇ, ਜਿਵੇਂ ਮੰਨ ਲਓ 1000 ਸਬਸਕ੍ਰਾਈਬਰ, ਕੋਈ 10 ਸਬਸਕ੍ਰਾਈਬਰ ਜਾਂ 1,000,000 ਸਬਸਕ੍ਰਾਈਬਰ, ਇੱਦਾਂ ਵੱਧਦੇ ਰਹਿਣਗੇ, ਆਪਾਂ ਨੂੰ ਜੋ ਕੁਛ ਵੀ ਮਿਲਦਾ ਰਹੂਗਾ ਇੱਥੋਂ, ਆਪਾਂ ਉਹ ਆਪਣੇ ਗਰੀਬ ਬੱਚਿਆਂ ਨਾਲ ਸਪੋਰਟ ਕਰਦੇ ਰਹਾਂਗੇ। ਜਿੰਨੀ ਕੁ ਆਪਾਂ ਨੂੰ ਰੱਬ ਦਊਗਾ, ਉਹਦੇ ਵਿੱਚੋਂ ਆਪਾਂ ਆਪਣੇ ਬੱਚਿਆਂ ਦੀ ਪੜ੍ਹਾਈ ਤੇ ਅਤੇ ਬਾਕੀ ਵਾਧਾ ਦੂਜੇ ਗਰੀਬ ਬੱਚਿਆਂ ਦੀ ਪੜ੍ਹਾਈ 'ਤੇ ਜ਼ਰੂਰ ਲਾਵਾਂਗੇ, ਪਰ ਸਪੋਰਟ ਕਰੋ ਤਾਂ ਜੋ ਆਪਾਂ ਇਹ ਕਰਨ ਦੇ ਲਾਇਕ ਬਣ ਸਕੀਏ, ਅਤੇ ਬਣਾਉਣਾ ਵੀ ਤੁਸੀਂ ਆ ਲਾਇਕ ਸਾਨੂੰ ਇਸ ਦੇ, ਅਤੇ ਪਲੀਜ਼ ਸਪੋਰਟ ਕਰੋ ਤਾਂ ਜੋ ਆਪਾਂ ਗਰੀਬ ਬੱਚਿਆਂ ਦੀ ਮਦਦ ਕਰੀਏ, ਅੱਗੇ ਵਧੀਏ ਇਹ ਚੀਜ਼ਾਂ ਤੋਂ, ਕਿਉਂਕਿ ਸਾਨੂੰ ਵੀ ਪਤਾ ਇਹ ਚੀਜ਼ਾਂ 'ਚ ਅੱਗੇ ਵਧਾਂਗੇ ਅਤੇ ਇਹਨਾਂ ਦੀ ਇਨਕਮ ਆਉਂਦੀ ਆ, ਉਸ ਇਨਕਮ ਦੇ ਨਾਲ ਸਾਰੇ ਫੋਰਸ ਹੱਲ ਹੋ ਜਾਂਦੇ ਆ, ਬੱਚਿਆਂ ਦੀ ਪੜ੍ਹਾਈ ਦੇ ਵੀ, ਗਰੀਬ ਬੱਚਿਆਂ ਦੀ ਪੜ੍ਹਾਈ ਦੇ ਵੀ। ਇਹ ਸਾਡਾ ਤੁਹਾਡੇ ਨਾਲ ਵਾਅਦਾ ਹੈ ਕਿ ਅਸੀਂ ਉਸ ਇਨਕਮ ਫੋਰਸ ਨਾਲ ਆਪਦੇ ਬੱਚੇ ਵੀ ਸਟੱਡੀ ਕਰਾਵਾਂਗੇ, ਅਤੇ ਬਾਕੀ ਜਿੱਥੋਂ ਤੱਕ ਹੋ ਸਕੂਗਾ ਜਿਹੜੇ ਸਕੂਲਾਂ ਦੇ ਵਿੱਚ ਸਟੱਡੀ, ਕਿਉਂਕਿ ਅਗਰ ਆਪਾਂ ਗੌਰਮੈਂਟ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਗਰੀਬਾਂ ਨੂੰ ਪੜ੍ਹਾਉਣੇ ਆ ਅਤੇ ਉਹ ਵੀ ਪੜ੍ਹ ਕੇ ਕੁਛ ਬਣ ਸਕਣਗੇ, ਅਤੇ ਉਹ ਜਿੰਨੇ ਆਪਾਂ ਗੌਰਮੈਂਟ ਸਕੂਲ ਦੇ ਵਿੱਚ ਬੱਚਿਆਂ ਦੀ ਐਡਮਿਸ਼ਨ ਕਰਾਵਾਂਗੇ ਪੈਸੇ ਵੀ ਘੱਟ ਲੱਗਦੇ ਆ, ਦੂਸਰੀ ਗੱਲ ਇਹ ਆ ਉਨੇ ਜ਼ਿਆਦਾ ਬੱਚੇ ਆਪਾਂ ਐਡਮਿਸ਼ਨ ਕਰਾ ਸਕਦੇ ਹਾਂ ਗੌਰਮੈਂਟ ਸਕੂਲ ਦੇ ਵਿੱਚ, ਚਾਹੇ ਉਹ 10th ਕਰ ਲੈਣ, ਚਾਹੇ ਉਹ 5th ਕਰ ਲੈਣ, ਕੁਛ ਨਾ ਕੁਛ ਉਹਨਾਂ ਨੂੰ ਲਿਖਣਾ ਆਉਣਾ ਚਾਹੀਦਾ। ਅਤੇ ਬਾਕੀ ਤੁਸੀਂ ਇਸ ਕੰਮ ਦੇ ਵਿੱਚ ਸਾਡੀ ਸਪੋਰਟ ਕਰੋ ਤਾਂ ਜੋ ਅਸੀਂ ਇਸ ਕੰਮ ਮੁਕਾਮ 'ਤੇ ਪਹੁੰਚ ਸਕੀਏ। ਅਤੇ ਬਾਕੀ ਆਪਾਂ ਪੇਂਟਿੰਗ ਤਿਆਰ ਕਰਦੇ ਹੀ ਪਏ ਹਾਂ, ਵੇਖੋ ਅਤੇ ਦੱਸੋ ਕਮੈਂਟਾਂ ਦੇ ਵਿੱਚ, ਨਾਲੇ ਸਾਨੂੰ ਦੱਸਿਆ ਕਰੋ ਕਿ ਕਿਹੋ ਜਿਹੀ ਪੇਂਟਿੰਗ ਵੇਖਣਾ ਪਸੰਦ ਕਰਦੇ ਹੋ, ਕਿਹੋ ਜਿਹੇ ਫਲਾਵਰ ਕਮੈਂਟਾਂ ਦੇ ਵਿੱਚ ਦੱਸਿਆ ਕਰੋ,
ਕਿ ਅੱਜ ਕਿਹੜਾ ਫਲਾਵਰ ਤਿਆਰ ਕਰੀਏ, ਅੱਜ ਕਿਹੜਾ ਫਲਾਵਰ ਤਿਆਰ ਕਰੀਏ। ਅਤੇ ਬਾਕੀ ਕੱਲ੍ਹ ਮੈਂ ਡੌਗ ਦੀ ਵੀਡੀਓ ਵੀ ਪਾਈ ਸੀਗੀ, ਉਹ ਵੀ ਸਾਨੂੰ ਕਿਸੇ ਨੇ ਕਮੈਂਟ ਕਰਕੇ ਨਹੀਂ ਦੱਸਿਆ ਉਸ ਬਾਰੇ, ਉਹ ਵੀ ਚੀਜ਼ ਸਾਨੂੰ ਸਾਡੇ ਨਾਲ ਸ਼ੇਅਰ ਕਰਿਆ ਕਰੋ, ਕਿਉਂਕਿ ਆਪਣੀ ਉਹ ਫੈਮਿਲੀ ਆ, ਜਿੰਨੇ ਵੀ ਯੂਟਿਊਬ 'ਤੇ ਸਾਨੂੰ ਦੇਖਦੇ ਆ ਉਹ ਸਾਡਾ ਪਰਿਵਾਰ ਆ ਇੱਕ, ਅਤੇ ਸਾਨੂੰ ਇਸ ਚੀਜ਼ ਦਾ ਸਲਿਊਸ਼ਨ ਦੱਸਿਆ ਕਰੋ ਕਿ ਕੀ ਕਰ ਸਕਦੇ ਹਾਂ, ਕਿਉਂਕਿ ਸਾਡਾ ਡੌਗ ਬਿਮਾਰ ਹੁੰਦੇ ਆ, ਪੈੱਟ ਸਾਡਾ ਬਿਮਾਰ ਹੁੰਦੇ ਆ। ਅੱਜ ਕੱਲ੍ਹ ਵੈਸੇ ਵੀ ਪੈੱਟ ਨਾਲ ਲੋਕ ਕਾਫੀ ਪੈੱਟ ਲਵਰ ਹੈਗੇ ਨੇ, ਅਤੇ ਇਸ ਚੀਜ਼ ਦਾ ਸਲਿਊਸ਼ਨ ਕੱਢ ਸਕਦੇ ਆ ਕਿ ਕਿਉਂ ਨਹੀਂ ਇਹ ਖਾਣਾ ਖਾਂਦਾ 10 ਦਿਨ ਤੋਂ, ਕਿ ਇਹਨੂੰ ਕੀ ਬਿਮਾਰੀ ਆ, ਕਿ ਇਹ ਜਿਹਦੇ ਕਰਕੇ ਇੰਨੀ ਪ੍ਰੋਬਲਮ ਕ੍ਰੀਏਟ ਕਰ ਰਿਹਾ, ਕੀ ਅੰਦਰ ਇਹਦੇ ਪ੍ਰੋਬਲਮ ਹੋ ਸਕਦੀ ਹੈ, ਕਿ ਜਿਹੜੀਆਂ ਆਪਾਂ ਇਹਦੀਆਂ ਭਾਵਨਾਵਾਂ ਨੂੰ ਨਹੀਂ ਸਮਝ ਪਾਉਂਦੇ ਪਏ, ਕਿਉਂਕਿ ਕਾਫੀ ਜਿਹੜੇ ਮੇਰੇ ਵੀਰ ਨੇ ਕਈ ਪੈੱਟ ਸੇਲ ਕਰਦੇ ਨੇ, ਕਈ ਪੈੱਟ ਰੱਖੇ ਵੀ ਹੋਏ ਨੇ, ਕਈ ਮੇਰੇ ਵੀਰ ਭੈਣ ਭਰਾ ਪਿੰਡਾਂ ਤੋਂ ਵੀ ਦੇਖਦੇ ਨੇ, ਉਹਨਾਂ ਕੋਲ ਪਿੰਡਾਂ ਦੇ ਵਿੱਚ ਵੀ ਪੈੱਟ ਹੁੰਦੇ ਨੇ, ਅਤੇ ਆਪਾਂ ਹੁਣ ਕਿਸੇ ਦਿਨ ਇੱਕ ਛੋਟੀ ਜਿਹੀ ਚੀਜ਼ ਬਣਾਵਾਂਗੇ, ਦੱਸਿਓ ਕਿਹਨੂੰ ਕਿਹਨੂੰ ਪਸੰਦ ਆ, ਕੌਪੀ ਫਲਾਵਰ ਦਾ ਜਾਂ ਬੂਟਾ ਜਾਂ ਉਹਦਾ ਪੱਤਾ ਬਣਾਵਾਂਗੇ, ਅਤੇ ਦੱਸਿਓ ਕਿਹੜਾ ਕਿਹੜਾ ਉਸ ਚੀਜ਼ ਨੂੰ ਪਸੰਦ ਕਰਦਾ, ਕਿ ਜਿਹੜਾ ਕਿ ਆਪਾਂ ਪੰਜਾਬੀ ਭਾਸ਼ਾ 'ਚ ਅਫੀਮ ਦਾ ਬੂਟਾ, ਕਾਲੀ ਨਾਗਣੀ ਦਾ ਬੂਟਾ ਕਹਿ ਸਕਦੇ ਹਾਂ, ਕਿ ਕਿਹੜਾ ਕਿਹੜਾ ਉਹਦੇ ਲਵਰ ਨੇ ਕਾਲੀ ਨਾਗਣੀ ਦੇ, ਅਤੇ ਉਹ ਬੂਟਾ ਬਣਾਵਾਂਗੇ ਆਪਾਂ, ਨਾਲ ਉਹ ਵੀ ਚੀਜ਼ ਬਣਾਵਾਂਗੇ ਜਿਹਦੇ ਤੋਂ ਅਫੀਮ ਪੈਦਾ ਹੁੰਦੀ ਹੈ, ਉਹ ਤੁਹਾਨੂੰ ਬਣਾ ਕੇ ਦਿਖਾਵਾਂਗੇ, ਫਲਾਵਰ ਕਿਹੋ ਜਾਂਦਾ ਉਹ, ਅਤੇ ਪੱਤਾ ਕਿਹੋ ਜਾਂਦਾ, ਅਤੇ ਇਹ ਵੀ ਅਸਲ 'ਚ ਅਸੀਂ ਕੱਲ੍ਹ ਵੀ ਹਾਸੇ ਵਾਲੀ ਗੱਲ ਕੀਤੀ ਸੀ, ਸਾਡਾ ਪੈੱਟ ਆ ਜਿਹੜਾ ਲਵ ਦਾ ਸ਼ਿਕਾਰ ਹੋ ਚੁੱਕਾ, ਪਿਆਰ ਹੋ ਚੁੱਕਾ ਇਸ ਟਾਈਮ, ਅਤੇ ਇਹ ਭਾਵਨਾ ਨੂੰ ਅਸੀਂ ਖੇਡ ਨਹੀਂ ਸਕਦੇ, ਕਿਉਂਕਿ ਉਹ ਤੰਗ ਬਹੁਤ ਜ਼ਿਆਦਾ ਆਉਂਦਾ, ਅਤੇ ਸਾਡੀ ਗਲੀ ਦੇ ਵਿੱਚ ਇੱਕ ਡੌਗ ਰਹਿੰਦੀ ਆ ਜਿਹਦੇ ਨਾਲ ਇਹ ਆਪਣੀਆਂ ਗਾਟੀਆਂ ਪਾਈ ਫਿਰਦਾ, ਪਰ ਉਹ ਪਹਿਲਾਂ ਹੀ ਮੈਰਿਡ ਆ ਕਿਸੇ ਹੋਰ ਨੂੰ, ਉਹ ਜਦੋਂ ਹੀ ਉਹਦੇ 'ਤੇ ਆਪਣੀ ਡਰਾਈਵ ਮਾਰਨ ਜਾਂਦਾ ਉਹ ਲੈ ਕੇ ਭੱਜ ਜਾਂਦਾ ਉਹਨੂੰ ਉਹਦਾ ਹਸਬੈਂਡ, ਅਤੇ ਇਸੇ ਕਰਕੇ ਸਾਡਾ ਕੁਛ ਕੁ ਰੋਟੀ ਨਹੀਂ ਖਾ ਰਿਹਾ, ਤਾਂ ਹੀ ਆਪਾਂ ਤੁਹਾਨੂੰ ਪੁੱਛਿਆ ਸੀ ਆਪਣੇ ਭਰਾਵਾਂ ਨੂੰ ਜਾਂ ਭੈਣਾਂ ਨੂੰ ਪਤਾ ਹੋਵੇ ਕਿ ਜਿਹਨਾਂ ਡੌਗ ਰੱਖੇ ਹੋਣ ਕਿ ਕਿਵੇਂ ਸਹੀ ਹੋ ਸਕਦੇ ਨੇ, ਕਿਵੇਂ ਰੋਟੀ ਕਿਵੇਂ ਖਾ ਸਕਦੇ ਨੇ, ਕਿਉਂਕਿ ਇਹ ਕਾਫੀ ਪਤਲਾ ਹੋ ਰਿਹਾ ਅੱਗੇ ਨਾਲ, ਕਿਉਂਕਿ ਮੈਂ ਡਾਕਟਰ ਦੀ ਕੋਈ ਆਮ ਜਿਹੜਾ ਕਾਓ ਜਾਂ ਮੱਝਾਂ ਦਾ ਜਾਂ ਗਾਵਾਂ ਦਾ ਡਾਕਟਰ ਹੈ ਉਹਦੇ ਤੋਂ ਵੀ ਸਲਾਹ ਲਈ ਸੀਗੀ, ਉਹ ਤਾਂ ਕਹਿੰਦੇ 10-15 ਦਿਨ ਲੱਗ ਜਾਂਦੇ ਸਹੀ ਹੋ ਜਾਂਦੇ ਆ, ਇਹਨਾਂ ਦਿਨਾਂ ਦੇ ਵਿੱਚ ਆਣ ਕੇ ਬਿਮਾਰ ਪੈਂਦੇ ਪੈਂਦੇ, ਪਰ ਆਪਾਂ ਨੂੰ ਫਿਰ ਵੀ ਇਹਦਾ ਸਲਿਊਸ਼ਨ ਅੱਗੇ ਜਾ ਕੇ ਤਾਂ ਕੱਢਣਾ ਹੀ ਪੈਣਾ, ਅਤੇ ਆਪਾਂ ਇਸੇ ਕਰਕੇ ਤੁਹਾਡੇ ਨਾਲ ਇਹ ਗੱਲ ਸ਼ੇਅਰ ਕੀਤੀ ਆ ਕਿ ਸਾਨੂੰ ਇਹਦਾ ਸਲਿਊਸ਼ਨ ਦੱਸਿਓ ਜੀ ਕੀ ਹੋ ਸਕਦਾ, ਅਸੀਂ ਤਾਂ ਸੋਚਿਆ ਸੀ ਚੱਲ ਇਹਦੀ ਮੈਰਿਜ ਉਹਦੇ ਨਾਲ ਕਰ ਦਿੰਦੇ ਹਾਂ, ਅਤੇ ਪਰ ਹੋਰ ਰਾਜ਼ੀ ਨਹੀਂ ਗਈ ਉਹ ਹੋਰ ਕਿਸੇ ਨਾਲ, ਕਿਉਂਕਿ ਕਹਿੰਦੇ ਹੁੰਦੇ ਆ ਕਿ ਇੱਕ ਨਾਲ ਵਿਆਹ ਕਰਾਇਆ ਜਾਂਦਾ ਜ਼ਿਆਦਿਆਂ ਨਾਲ ਨਹੀਂ, ਉਹ ਪਹਿਲਾਂ ਹੀ ਵਿਆਹ ਕਰਾ ਚੁੱਕੀ ਹੋਈ ਆ, ਆਪਾਂ ਚਾਹੁੰਦੇ ਹਾਂ ਇਹਦੇ ਲਈ ਸੋਹਣੀ ਜੀ ਕੋਈ ਪੈੱਟ ਲੱਭ ਕੇ ਇਹਦਾ ਵਿਆਹ ਕਰੀਏ, ਪਰ ਸਾਨੂੰ ਸੋਹਣੀ ਜੀ ਪੈੱਟ ਲੱਭਦੀ ਨਹੀਂ ਗੀ,
ਚੰਗੇ ਘਰ ਦੀ ਹੋਵੇ, ਚੰਗੀ ਫੈਮਿਲੀ ਦੀ ਹੋਵੇ, ਤਾਂ ਜੋ ਆਪਾਂ ਸੋਹਣਾ ਸੋਹਣਾ ਇਹਦਾ ਵਿਆਹ ਕਰੀਏ। ਪਰ ਸਾਨੂੰ ਕੋਈ ਇਹੋ ਜਿਹੀ ਪੈਟੀ ਨਹੀਂ ਮਿਲਦੀ ਪਈ ਜਿਹਦੇ ਨਾਲ ਅਸੀਂ ਇਹਦਾ ਵਿਆਹ ਕਰ ਸਕੀਏ, ਅਤੇ ਅਸੀਂ ਸੋਚਦੇ ਇਹਦਾ ਨਿਊਜ਼ ਪੇਪਰ ਦੇ ਵਿੱਚ ਕਢਵਾਈਏ ਕਿ ਅਸੀਂ ਪੈਟ ਦੀ ਮੈਰਿਜ ਕਰਨਾ ਚਾਹੁੰਦੇ ਹਾਂ, ਸਾਨੂੰ ਪੈਟ ਲਵਰ ਚਾਹੀਦੀ ਹੈ, ਸਾਡਾ ਪੈਟ ਆ, ਸਾਨੂੰ ਪੈਟ ਚਾਹੀਦੀ ਆ। ਜਿਹਦੇ ਕੋਲ ਹੋਵੇ ਸਾਨੂੰ ਕਮੈਂਟ ਜਾਂ ਮੈਸੇਜ ਕਰੇ। ਸਾਨੂੰ ਫੀਮੇਲ ਡੋਗ ਚਾਹੀਦੀ ਆ ਤਾਂ ਜੋ ਅਸੀਂ ਆਪਣਾ ਮੇਲ ਡੋਗ ਉਹਦੇ ਨਾਲ ਮੈਰਿਜ ਕਰ ਸਕੀਏ, ਤਾਂ ਜੋ ਇਹ ਵੀ ਖੁਸ਼ੀ ਖੁਸ਼ੀ ਆਪਦਾ ਪਰਿਵਾਰ ਬਣਾਉਣ, ਆਪਦੇ ਪਰਿਵਾਰ 'ਚ ਸੁਖੀ ਵਸਣ, ਆਪਦੀ ਰੋਟੀ ਕਮਾਵੇ ਖਾਵੇ। ਪਰ ਚਲੋ ਉਹ ਹਾਸਾ ਮਜ਼ਾਕ ਆਪਣੀ ਜਗ੍ਹਾ, ਪਰ ਚਲੋ ਜਿਹੜਾ ਜਾਨਵਰ ਆ ਇਹ ਪਹਿਲਾਂ ਕੁਛ ਤੁਹਾਨੂੰ ਕਾਫੀ ਵੀਡੀਓ ਦੇ ਵਿੱਚ ਵੀ ਦੱਸਿਆ ਕਿ ਬੋਲ ਕੇ ਨਹੀਂ ਦੱਸਦੇ ਕੁਛ ਵੀ, ਨਾ ਜਾਨਵਰ ਦੱਸਣਗੇ ਨਾ ਪੰਛੀ ਦੱਸਣਗੇ ਕੁਛ ਬੋਲ ਕੇ, ਕਿਉਂਕਿ ਇਹ ਬੇਜ਼ੁਬਾਨ ਤਾਂ ਹੁੰਦੇ ਆ। ਅਤੇ ਕਈ ਵਾਰੀ ਚਲੋ ਅਸੀਂ ਦੇਖਿਆ ਵੀ ਆ, ਪਰ ਜਿਹੜੇ ਮੇਰੇ ਕੋਲ ਸ਼ੌਪ ਡੋਗ ਆ, ਸ਼ੌਪ 'ਤੇ ਰਹਿੰਦਾ ਜਿਹੜਾ ਮੇਰੇ ਕੋਲ ਸਾਰਾ ਦਿਨ, ਕਿਉਂਕਿ ਉਹ ਅਵਾਰਾ ਮਾਰਕੀਟ ਦਾ ਪਾਲਿਆ ਹੋਇਆ ਹੈ, ਰੋਟੀ ਵੀ ਉੱਥੇ ਖਾਣੀ ਹੈ ਦੁਕਾਨ 'ਤੇ ਹੀ, ਰਹਿਣਾ ਵੀ ਦੁਕਾਨ 'ਤੇ ਹੀ ਆ ਸਾਰਾ ਦਿਨ, ਅਤੇ ਰਹਿਣਾ ਵੀ ਕੋਲ ਬੈਠ ਰਹਿਣਾ। ਮੇਰੀ ਦੁਕਾਨ 'ਤੇ ਕਸਟਮਰ ਵੀ ਆਉਂਦੇ ਆ, ਪਰ ਉਹ ਕਿਸੇ ਨੂੰ ਵੀ ਕੁਛ ਨਹੀਂ ਕਹਿੰਦਾ, ਉਹ ਰਸਤੇ 'ਚ ਬਹਿ ਜਾਣਾ, ਕਸਟਮਰ ਉੱਪਰੋਂ ਦੀ ਟੱਪ ਕੇ ਚੀਜ਼ ਲੈ ਕੇ ਚਲੇ ਜਾਂਦੇ, ਪਰ ਉਹ ਉਸ ਜਗ੍ਹਾ ਤੋਂ ਬੈਠਾ ਹਿਲਦਾ ਨਹੀਂ ਗਾ, ਨਾ ਕਿਸੇ ਨੂੰ ਵੜਦਾ ਨਾ ਕਿਸੇ ਨੂੰ ਭੌਂਕਦਾ। ਪਰ ਉਹ ਪਿਆਰ ਵੀ ਕਾਫੀ ਜ਼ਿਆਦਾ ਮਾਰਕੀਟ ਦੇ ਵਿੱਚ ਪਾ ਚੁੱਕਾ ਹੈ। ਅਤੇ ਬਾਕੀ ਇਹ ਆ ਕਿ ਇਹਨਾਂ ਦੀਆਂ ਜਿਹੜੀਆਂ ਮਜਬੂਰੀਆਂ ਜਾਂ ਆਪਾਂ ਕਹਿ ਸਕਦੇ ਮੁਸੀਬਤਾਂ, ਉਹ ਆਪਾਂ ਸਮਝ ਨਹੀਂ ਸਕਦੇ। ਜਿਹੜੀਆਂ ਇਹਨਾਂ ਦੀਆਂ ਭਾਵਨਾਵਾਂ ਹੈ ਉਹ ਆਪਾਂ ਨਹੀਂ ਸਮਝ ਸਕਦੇ, ਕਿਉਂਕਿ ਇਹ ਬੇਜ਼ੁਬਾਨ ਨੇ। ਉਹੀ ਮੈਂ ਤੁਹਾਨੂੰ ਦੱਸਣ ਲੱਗਾ ਸੀਗਾ ਕਿ ਮੈਂ ਦੁਕਾਨ 'ਤੇ ਵੀ ਰੱਖਿਆ ਆ, ਇਹ ਬੇਜ਼ੁਬਾਨ ਹੈ ਕਿਤੋਂ ਆ ਗਿਆ ਸੀਗਾ, ਪਰ ਉਹ ਹੁਣ ਸਾਡਾ ਹੀ ਹੋ ਕੇ ਰਹਿ ਗਿਆ, ਸਾਡੇ ਨਾਲ ਐਂ ਪਿਆਰ ਆ ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਕਰਦੇ ਹਾਂ, ਉਹ ਵੀ ਸਾਡੇ ਨਾਲ ਐਂ ਪਿਆਰ ਕਰਦਾ ਹੈ, ਅਤੇ ਇਹ ਵੀ ਸਾਨੂੰ ਆਪਣੇ ਜਿਵੇਂ ਬੱਚੇ ਕਰਦੇ ਹੁੰਦੇ ਪਿਆਰ, ਉਵੇਂ ਬੱਚਿਆਂ ਵਾਂਗੂ ਇਹ ਪਿਆਰ ਲੈਂਦਾ ਸਾਡੇ ਤੋਂ, ਅਤੇ ਉਹ ਵੀ ਬੱਚਿਆਂ ਵਾਂਗੂ ਪਿਆਰ ਲੈਂਦਾ ਹੈ, ਅਤੇ ਮਤਲਬ ਕਿ ਸਾਡੀ ਰੱਖਿਆ ਵੀ ਕਰਦਾ ਹੈ। ਸਾਨੂੰ ਕੋਈ ਵੈਸੇ ਯਾਤਰਾ ਮਜ਼ਾਕ ਨਾ ਕੋਈ ਹਿੱਟ ਕਰਦਾ ਹੈ, ਇਹ ਅੱਗੋਂ ਨੂੰ ਪੈਂਦੇ ਨੇ ਕੱਟਣ ਨੂੰ ਜਾਂ ਵੱਢਣ ਨੂੰ ਕਹਿ ਸਕਦੇ ਪੰਜਾਬੀ ਭਾਸ਼ਾ 'ਚ, ਕਿ ਵੱਢਣ ਨੂੰ ਜਾਂਦੇ ਨੇ ਕਿ ਅਸੀਂ ਇਹਨੂੰ ਦੰਦੀ ਵੱਢੀਏ ਜਾਂ ਹਿੱਟ ਕਰੀਏ ਇਹਨੂੰ, ਕਿ ਸਾਡੇ ਮਾਲਕ ਨੂੰ ਕਿਉਂ, ਮਾਲਕ ਤਾਂ ਉਹ ਹੁੰਦੇ ਆ ਨਾ, ਚਲੋ ਕੋਈ ਪ੍ਰੋਪਰਟੀ ਮਾਲਕ ਕੁਛ ਤਾਂ, ਇਹ ਜਦੋਂ ਆਪਾਂ ਆਪਣੇ ਕੋਲ ਰੱਖ ਲੈਂਦੇ ਹਾਂ ਵੀ ਆਪਣੇ ਪਰਿਵਾਰ ਵਾਂਗੂ ਸਮਝਣ ਲੱਗ ਪੈਂਦੇ, ਇਹ ਮੇਰਾ ਪਿਓ ਆ, ਇਹ ਮੇਰੀ ਮਾਂ ਹੈ, ਕਿਉਂਕਿ ਇਹ ਮੈਨੂੰ ਰੋਟੀ ਦਿੰਦੇ, ਮੈਨੂੰ ਸਾਂਭਦੇ ਨੇ, ਮੈਨੂੰ ਨਵਾਉਂਦੇ ਨੇ, ਧਵਾਉਂਦੇ ਨੇ, ਬਾਹਰ ਘੁਮਾਉਣ ਲੈ ਕੇ ਜਾਂਦੇ ਨੇ, ਇਹ ਆਪਦੇ ਮਾਂ ਪਿਓ ਵੀ ਸਮਝਣ ਲੱਗ ਪੈਂਦੇ ਨੇ ਉਸ ਤੋਂ ਬਾਅਦ, ਕਿਉਂਕਿ ਆਪਾਂ ਇਹਨੂੰ ਇਹਦੀ ਮਾਂ ਤੋਂ ਵਿਛੇੜਿਆ ਹੁੰਦਾ, ਅਲੱਗ ਕੀਤਾ ਹੁੰਦਾ। ਹੁਣ ਤੁਸੀਂ ਆਪਣਾ ਦੇਖੋ, ਆਪਾਂ ਆਪਣੇ ਘਰਦਿਆਂ ਦੇ ਨਾਲ ਰਹਿੰਦੇ ਹਾਂ, ਮਾਂ ਪਿਓ ਦੇ ਨਾਲ ਰਹਿੰਦੇ ਹਾਂ, ਮਾਂ ਪਿਓ ਨੂੰ ਪਤਾ ਹੁੰਦਾ ਸਾਡਾ ਬੱਚਾ ਕੀ ਕਰਦਾ ਪਿਆ, ਪਰ ਇਹਨੂੰ ਆਪਾਂ ਇੱਕ ਇਹਦੀ ਮਾਂ ਤੋਂ ਦੂਰ ਕਰਕੇ ਲਿਆਉਂਦਾ ਹੁੰਦਾ, ਪਰ ਇਹਨੂੰ ਉਸ ਤੋਂ ਬਾਅਦ ਇਹ ਆਪਾਂ ਨੂੰ ਹੀ ਮਾਂ ਪਿਓ ਸਮਝਦੇ ਨੇ। ਅਤੇ ਬਾਕੀ ਜਿਹੜੀਆਂ ਰਹਿੰਦੀਆਂ ਗੱਲਾਂ ਉਹ ਆਪਾਂ ਕਰਾਂਗੇ ਨਵੇਂ ਵਲੌਗ ਦੇ ਵਿੱਚ, ਅਤੇ ਅੱਜ ਦੇ ਲਈ ਇੰਨਾ ਹੀ ਕਾਫੀ ਆ। ਬਾਕੀ ਆਪਣੀ ਪੇਂਟਿੰਗ ਵੀ ਤਿਆਰ ਹੋ ਗਈ ਹੋਈ ਆ, ਉਹ ਸਾਰੇ ਜਾਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਕਿ ਜਿਹੜੀ ਫੈਂਸੀ ਫਲਾਵਰ ਆ ਕਿਹੋ ਜਿਹਾ ਲੱਗਾ ਤੁਹਾਨੂੰ। ਬਾਕੀ ਆਪਾਂ ਹੋਰ ਸੋਹਣੀਆਂ ਸੋਹਣੀਆਂ ਪੇਂਟਿੰਗਾਂ ਲੈ ਕੇ ਆਉਂਦੇ ਰਹਾਂਗੇ, ਮਿਲਾਂਗੇ ਨਵੀਂ ਵੀਡੀਓ ਅਤੇ ਨਵੀਂ ਪੇਂਟਿੰਗ ਦੇ ਨਾਲ।
ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਰੱਬ ਰਾਖਾ, ਮੂੰਹ ਦੇ ਵਾਸਤੇ ਰੁੱਖ ਖੁਸ਼ੀਆਂ ਮਾਣੋ। ਅਤੇ ਬਾਕੀ ਇੱਕ ਚੀਜ਼ ਰਹਿ ਗਈ, ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣੀ ਸੀ। ਅੱਜ ਮੈਂ ਕੋਈ ਸੂਟ ਲੈ ਕੇ ਆਇਆ ਸੀ, ਉਹਦੇ 'ਤੇ ਕਢਾਈ ਬਹੁਤ ਸੋਹਣੀ ਹੋਈ ਸੀ। ਮੇਰਾ ਦਿਲ ਵੀ ਕਰਦਾ ਸੀ ਤੁਹਾਡੇ ਨਾਲ ਸ਼ੇਅਰ ਕਰਾਂ, ਤੁਹਾਨੂੰ ਚੀਜ਼ ਦਿਖਾਵਾਂ ਅਤੇ ਦਿਖਾਉਣੇ ਆ, ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ। ਅਤੇ ਦੇਖਿਓ ਜੇ ਅਤੇ ਦੱਸਿਓ ਕਿ ਕਿੰਨਾ ਸੋਹਣਾ ਸੂਟ ਬਣੇ ਹੋਏ ਨੇ, ਉਹ ਕਿੰਨੇ ਕਿੰਨੇ ਪਸੰਦ ਨੇ। ਆਹ ਦੇਖੋ ਕਿੰਨੇ ਸੋਹਣੇ ਸੂਟ ਨੇ। ਬਾਕੀ ਆਪਾਂ ਅੱਜ ਦੀ ਵੀਡੀਓ ਦੀ ਸਮਾਪਤੀ ਇੱਥੇ ਕਰਦੇ ਹਾਂ, ਮਿਲਦੇ ਨਵੀਂ ਵੀਡੀਓ ਦੇ ਨਾਲ। ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਬੈਲ ਆਈਕਨ ਅੱਪ ਲਿਓ, ਅਤੇ ਜਾਂਦੇ ਜਾਂਦੇ ਸੋਹਣੇ ਸੋਹਣੇ ਕਮੈਂਟ ਵੀ ਕਰ ਦਿਓ ਜੇ, ਵੀਡੀਓ ਨੂੰ ਸ਼ੇਅਰ ਵੀ ਕਰ ਦਿਓ, ਲਾਈਕ ਵੀ ਕਰ ਦਿਓ, ਅਤੇ ਬੈਲ ਆਈਕਨ ਨੱਪੋਗੇ ਤਾਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾ ਕਰੂਗਾ। ਨਵੀਆਂ ਨਵੀਆਂ ਵੀਡੀਓ ਦੇਖਣ ਲਈ ਬੈਲ ਆਈਕਨ ਜ਼ਰੂਰ ਨੱਪਿਓ ਜੇ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਗੁੱਡ ਨਾਈਟ, ਮਿਲਾਂਗੇ ਨਵੀਂ ਵੀਡੀਓ ਦੇ ਵਿੱਚ।